ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇ ਅਧਿਐਸ਼ ਬੀਬੀ 자ਗੀਰ ਕੌਰ ਨੇ ਪੰਜਾਬ ਕੇ ਮੁੱਖ ਮੰਤਰੀ ਕੈਪਟਨ ਕੇ ਸਾਥ ਇੱਕ ਵਿਸ਼ੇਸ਼ ਬੈਠਕ ਕੀ ਹੈ। बैठक के दौरान उन्होंने गुरुद्वारा अम्ब साहिब मोहाली के भूमि मुद्दे पर हस्तक्षेप करके श्री दरबार साहिब श्री अमृतसर में सामाजिक व्यवस्था की स्थापना के साथ साथ सर्व के लिए मानचित्रों की स्वीकृति के लिए एक समाधान की अपील की आज यहाँ ये खुलासा करते हुए श्रोमणी अकाली दल के अध्यक्ष बीबी जागीर कौर ने कहा कि जी एम ने मोहाली में गुरुद्वारा श्री अम्ब साहिब के लगभग 12 एकड़ जमीन का अधिग्रहण करना चाहते हैं जिसे रोकने के लिए पंजाब के मुख्यमंत्री से कहा गया है ਉਹਨਾਂ ਨੇ ਕਿਹਾ ਕਿ ਗੁਰੂ ਘਰ ਦੀ ਸੰਪਤੀ ਉਸ ਸਮੁਦਾਇ ਦਾ ਵਿਸ਼ਵਾਸ ਸੀ ਜਿਸੇ ਜਬਤ ਨਹੀਂ ਹੋਣੇ ਦਿੱਤਾ ਜਾਏਗਾ। ਸਰਦਾਰ ਸਾਹਿਬ ਜੀ ਦਾ ਜਿਹੜਾ ਇਤਿਹਾਸ ਵਿੱਚ ਕਹਿੰਦੇ ਆ ਕਿ ਉੱਥੇ ਉਹਨਾਂ ਦਾ ਉਹਨਾਂ ਨੂੰ ਉੱਥੇ ਰੱਖੇ ਗਏ ਸੀ ਅਰੈਸਟ ਕਰਕੇ। ਕਿ ਅਸੀਂ ਉਹਨਾਂ ਨੂੰ ਬੇਨਤੀ ਲਿਖੀ ਸੀ ਕਿ ਉਹ ਜਿਹੜੀ ਜੇਲ ਹੈ ਉਹ ਸਾਡੇ ਸਪੁਰਦ ਕੀਤੀ ਜਾਵੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਉੱਥੇ ਇਤਿਹਾਸਕ ਤੌਰ ਤੇ ਉੱਤੇ ਕੁਝ ਬਣਾ ਸਕੋ। ਸੋ ਇਸ ਤਰ੍ਹਾਂ ਦੀਆਂ ਕੁਝ ਸਾਡੀਆਂ ਸੀਗੀਆਂ ਬੇਨਤੀਆਂ ਜਿਹੜੀਆਂ ਅਸੀਂ ਚੀਫ ਮਿਨਿਸਟਰ ਸਾਹਿਬ ਕੋਲ ਲੈ ਕੇ ਗਏ ਸੀ। ਅਸੀਂ ਇਹ ਵੀ ਕਿਹਾ ਕਿ ਅਸੀਂ ਐਕਟ ਬਣਾ ਕੇ ਲਿਆਵਾਂਗੇ ਜਿਹਨੇ ਕਾਲਜ ਤੁਸੀਂ ਉਹਨਾਂ ਨੂੰ ਯੂਨੀਵਰਸਿਟੀਆਂ ਬਣਾਤੀਆਂ ਤੁਸੀਂ ਤੇ ਸਾਡੀ ਵੀ ਸਾਡੀ ਆਪਣਾ ਉਹਨਾਂ ਕਿਹਾ ਵੀ ਤੁਸੀਂ ਲਿਆਓ ਸੋ ਇਹੋ ਜੀਆਂ ਕੁਝ ਗੱਲਾਂ ਸੀ ਜਿਹੜੀਆਂ ਸਾਡੇ ਪੰਥਕ ਤੌਰ ਦੇ ਉੱਤੇ ਸਾਡੀਆਂ ਪਰੇਸ਼ਾਨੀਆਂ ਆ ਰਹੀਆਂ ਸੀ 43 ਕਰੋੜ ਰੁਪਏ ਸਾਡਾ 43 ਕਰੋੜ ਰੁਪਏ ਸਾਡਾ ਐਸਸੀ ਸਕਾਲਰਸ਼ਿਪ ਜਿਹੜਾ ਪੋਸਟ ਗ੍ਰੈਜੂਏਟ ਐਸਸੀ ਸਕਾਲਰਸ਼ਿਪ ਸੀ ਉਹ ਸਾਡਾ ਪੰਜਾਬ ਸਰਕਾਰ ਵੱਲ ਡਿਊ ਸੀ ਸਭ ਤੋਂ ਵੱਡੀ ਜਿਹੜੀ ਸਾਡੀ ਮੁਸ਼ਕਲ ਇਹ ਆ ਰਹੀ ਸੀ ਇਹ ਮੁਸ਼ਕਲ ਨੂੰ ਹੱਲ ਕਰਨ ਵਾਸਤੇ ਅਸੀਂ ਕਿਉਂਕਿ ਬਾਰ ਬਾਰ ਚਿੱਠੀਆਂ ਲਿਖੀਆਂ ਸੀ ਲੰਗੋਵਾਲ ਸਾਹਿਬ ਵੱਲੇ ਵੀ ਚਿੱਠੀਆਂ ਲਿਖੀਆਂ ਗਈਆਂ ਪ੍ਰਧਾਨ ਜੀ ਨੇ ਪਹਿਲਾਂ ਵੀ ਲਿਖੀਆਂ ਸੀ ਪਰ ਕੋਈ ਸੁਣਵਾਈ ਨਹੀਂ ਹੋਈ ਅਸੀਂ ਹਾਰ ਕੇ ਫਿਰ ਇਸ ਕਰਕੇ ਗਏ ਕਿ ਮੁੱਖ ਮੰਤਰੀ ਜੀ ਸਾਡੇ ਸਕੂਲ ਕਾਲਜ ਬੰਦ ਹੋਣ ਤੇ ਆ ਗਏ ਸਾਡੇ ਸਕੂਲ ਕਾਲਜ 13-13 ਮਹੀਨੇ ਦੀ ਤਨਖਾਹ ਨਹੀਂ ਅਸੀਂ ਦੇ ਸਕੇ ਕਿਉਂਕਿ ਸਾਨੂੰ ਫੀਸਾਂ ਨਹੀਂ ਆਈਆਂ ਤਰ੍ਹਾਂ ਘਾ ਦੇਣੀਆਂ ਸਾਨੂੰ ਔਖੀਆਂ ਹੋ ਗਈਆਂ ਤੁਸੀਂ ਸਾਡੇ ਉੱਤੇ ਇੰਨੀ ਕੋ ਕਿਰਪਾ ਕਰੋ ਕਿ ਸਾਡਾ ਬੰਦਾ ਬਕਾਇਆ ਜਿਹੜਾ ਦਿੱਤਾ ਜਾਵੇ 16 17 18 19 20 17 18 19 20 ਦਾ ਜਿਹੜਾ ਸਾਡਾ ਬਕਾਇਆ ਉਹ ਤਕਰੀਬਨ 40 ਤੋਂ 43 ਕਰੋੜ ਦੇ ਵਿੱਚ ਹੈ ਨਾ ਕਾਲਜਾਂ ਦਾ ਨਾ ਸਕੂਲਾਂ ਦਾ ਇੰਜੀਨੀਅਰ ਕਾਲਜਾਂ ਦਾ ਸਾਰਾ ਪੈਸਾ ਇੰਨਾ ਬਕਾਇਆ ਸੀ ਉੱਥੇ ਉਹਨਾਂ ਨੇ ਫਿਰ ਜਦੋਂ ਪੁੱਛਿਆ ਉਹ ਕਹਿਣ ਲੱਗੇ ਕਿ 2021 ਦਾ ਆ ਜਿਹੜਾ ਇਹ ਸੈਸ਼ਨ ਦਾ ਤੇ ਅਸੀਂ 20 ਦਾ ਤੇ ਭੇਜ ਦਿੱਤਾ 40% ਬੱਚਿਆਂ ਦੇ ਨਾਂ ਦੇ ਉੱਤੇ 60 ਵੀ ਅਗਲੇ ਹਫ਼ਤੇ ਆਏਗਾ ਪਰ ਜਿਹੜਾ ਸਾਡਾ ਪਿਛਲਾ ਬਕਾਇਆ 40 ਕਰੋੜ ਤੋਂ ਉੱਪਰ ਉਹ ਸਾਨੂੰ ਜੂਰ ਦਿੱਤਾ ਜਾਵੇ ਉਹਨਾਂ ਨੇ ਯਕੀਨ ਤੋਂ ਆਇਆ ਕਿ ਅਸੀਂ ਜੇ ਇੱਕ ਕਿਸ਼ਤ ਵਿੱਚ ਨਹੀਂ ਦੇ ਸਕਾਂਗੇ ਤੇ ਅਸੀਂ ਦੋ ਕਿਸ਼ਤਾਂ ਦੇ ਦਵਾਂਗੇ ਕਿਉਂਕਿ ਸੈਂਟਰ ਚੋਂ ਪੈਸਾ ਆ ਚੁੱਕਾ ਹੈ ਸੈਂਟਰ ਸਰਕਾਰ ਵੱਲੋਂ ਪੈਸਾ ਆ ਚੁੱਕਾ ਸੀ ਇਸ ਕਰਕੇ ਸਾਡਾ ਪੈਸਾ ਪੈਂਡਿੰਗ ਜਿਹੜਾ ਉਹ ਉੱਥੇ ਪਿਆ ਹੋਇਆ ਜਿਸ ਦਾ ਬਾਕੀ ਵੀ ਕਈ ਸਕੂਲਾਂ ਕਾਲਜਾਂ ਦਾ ਪਿਆ ਹੋਇਆ ਹੈ ਪਰ ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸਾਨੂੰ 3 ਕਰੋੜ ਰੁਪਏ ਦਾ ਪਿਛਲੇ ਸਾਲ ਘਾਟਾ ਪਿਆ ਐਜੂਕੇਸ਼ਨ ਚ ਜਿਹਦੇ ਚ ਅਸੀਂ ਬਹੁਤ ਮੁਸ਼ਕਲ ਦੇ ਨਾਲ ਤਨਖਾਹਾਂ ਦੀ ਪੂਰਤੀ ਕਰ ਰਹੇ ਹਾਂ ਕਾਲਜਾਂ ਸਕੂਲਾਂ ਦੀ ਸੋ ਇਹ ਸਾਡੀ ਮੇਜਰ ਪ੍ਰੋਬਲਮ ਜਿਹੜੀ ਸੀ ਉਹ ਇਹ ਸੀ ਇੱਕ ਤੇ ਸੀ ਜੋ ਗਮਾੜਾ ਸਾਡੀ ਜ਼ਮੀਨ ਜਿਹੜੀ ਐਕਵਾਇਰ ਕਰ ਰਹੀ ਧੱਕੇ ਨਾਲ ਅਸੀਂ ਨਹੀਂ ਦੇਣੀ ਚਾਹੁੰਦੇ ਉਹ ਐਗਜ਼ੈਪਟ ਕੀਤੀ ਜਾਵੇ ਮੁਹੱਲੀ ਵਿਖੇ ਜਿਹੜੀ ਸਾਡੀ ਜ਼ਮੀਨ ਦਾ ਸਿਗਾ ਟੱਕਾ ਹੋ ਰਿਹਾ ਸਰਨਾ ਦੂਜਾ ਸਾਡੀ ਮੁਹੱਲੀ ਅੰਬਸਾਹ ਗੁਰਦੁਆਰਾ ਸਾਹਿਬ ਦੀ ਦੂਜੀ ਜਿਹੜੀ ਸੀ ਕਿ ਸਾਡਾ 43 ਕਰੋੜ ਰੁਪਏ ਦੀ ਤਕਰੀਬਨ ਰਾਸ਼ੀ ਹੈ ਉਹ ਜਲਦੀ ਜਿਹੜੀ ਹੈ ਉਹ ਰਿਲੀਜ਼ ਕੀਤੀ ਜਾਵੇ ਤੀਸਰਾ ਜਿਹੜਾ 16 ਦਾ ਮੇਜਰ ਪ੍ਰੋਬਲਮ ਸੀ ਉਹਦੇ ਵਾਸਤੇ ਗਏ ਆ ਮੈਨੂੰ ਵਿਸ਼ਵਾਸ ਹੈ ਕਿ ਕੱਲ ਜਿਸ ਢੰਗ ਦੇ ਨਾਲ ਮੁੱਖ ਮੰਤਰੀ ਜੀ ਨੇ ਸਾਨੂੰ ਸੁਣਿਆ ਤੇ ਆਸ ਹੈ ਕਿ ਜਰੂਰ ਉਹ ਛੇਤੀ ਤੋਂ ਛੇਤੀ ਸਾਡੀਆਂ ਮੁਸ਼ਕਿਲਾਂ ਹੱਲ ਕਰਨਗੇ ਤੇ ਮੈਂ ਫਿਰ ਵੀ ਤੁਹਾਡੇ ਰਾਈ ਉਹਨਾਂ ਨੂੰ ਫਿਰ ਨਿਮਰਤਾ ਸਤ ਬੇਨਤੀ ਕਰਦੀ ਆ ਕਿ ਪੰਥ ਦੇ ਕਾਰਜ ਨੇ ਇੱਕ ਕੌਮ ਦੀ ਬੜੀ ਵੱਡੀ ਸੰਸਥਾ ਹੈ ਇਹ ਸੰਸਥਾ ਦੀਆਂ ਮੁਸ਼ਕਲਾਂ ਜੇ ਸਰਕਾਰ ਨਾ ਹੱਲ ਕਰੇ ਇਹ ਸਮਝ ਲੋ ਕਿ ਫਿਰ ਬੇਵਿਸ਼ਵਾਸੀ ਜਿਹੜੀ ਹੈ ਉਹ ਬੜੀ ਰਹਿੰਦੀ ਹੈ ਸਰਕਾਰ ਵਿੱਚ ਸਰਕਾਰ ਕੋਈ ਹੋਵੇ ਲੇਕਿਨ ਸੰਸਥਾ ਜਿਹੜੀ ਹੈ ਉਹ ਸਾਰੀ ਕੌਮ ਦੀ ਇੱਕ ਹੈ ਇਸ ਕਰਕੇ ਕੌਮ ਦੇ ਕਾਰਜ ਨੂੰ ਕਰਨ ਵਾਸਤੇ ਸਰਕਾਰ ਨੂੰ ਬੜਾ कार्य करने जाने इस वास्ते देश और दुनिया की तमाम खबरों से जुड़े रहने के लिए हमारा चैनल लाइक करें, शेयर करें सब्सक्राइब करें और बेल आइकन पर क्लिक करना ना भूल